ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਸਿੱਖਾਂ ਦੇ ਖਿਲਾਫ ਭੜਕਾਊ ਬਿਆਨਬਾਜ਼ੀ ਨੂੰ ਲੈ ਕੇ ਪ੍ਰਗਟ ਸਿੰਘ ਹੁਣਾਂ ਨੇ ਗੱਲ ਕੀਤੀ ਹੈ। ਪ੍ਰਗਟ ਸਿੰਘ ਹੁਣੀ ਸਾਡੇ ਨਾਲ ਨੇ ਸਰ, ਪਹਿਲਾਂ ਤਾਂ ਇਹਨਾਂ ਰਾਜ ਸਭਾ ਮੈਂਬਰ, ਤੁਸੀਂ ਅੱਜ ਜ਼ਿਕਰ ਵੀ ਕੀਤਾ ਕਿ ਇਹਨਾਂ ਰਾਜ ਸਭਾ ਮੈਂਬਰ ਸਾਹਨੀ ਸਾਹਿਬ ਹੁਣਾਂ ਨੇ ਜਿਹੜਾ ਜ਼ਿਕਰ ਕੀਤਾ ਸੀ ਹੇਟ ਸਪੀਚ ਨੂੰ ਲੈ ਕੇ, ਜਿਹੜੀ ਸਿੱਖਾਂ ਖਿਲਾਫ ਹੁੰਦੀ ਹੈ, ਅੱਜ ਤੁਸੀਂ ਵੀ ਜਿਹੜਾ ਉਸ ਖਿਲਾਫ ਜ਼ਿਕਰ ਕੀਤਾ, ਕੀ ਲੱਗਦਾ ਕਿ ਹੋਵੇਗਾ ਕੁਛ ਹੱਲ ਜਿਹੜਾ ਸਿੱਖਾਂ ਦੇ ਖਿਲਾਫ ਇਹ ਪ੍ਰੋਪੋਗੰਡਾ ਜਾਂ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਜਿੱਥੇ ਜਿਹਦਾ ਜੀ ਕਰਦਾ ਜੋ ਮਰਜ਼ੀ ਲਿਖ ਦਿੰਦਾ? ਨਹੀਂ ਦੇਖੋ, ਇਹ ਬਦਕਿਸਮਤੀ ਹੈਗੀ ਆ, ਔਰ ਦੇਖੋ ਖਾਸ ਕਰਕੇ ਜੇ ਇੱਕ MLA ਨੇ ਕੰਪਲੇਂਟ ਕੀਤੀ ਆ ਔਰ ਉਹਦੇ 'ਤੇ ਕੋਈ ਐਕਟ ਨਾ ਹੋਣਾ। ਦੇਖੋ ਨਾ, ਇੱਕ ਪਾਸੇ ਤਾਂ ਸਪੀਕਰ ਸਾਹਿਬ ਵਿਧਾਨ ਸਭਾ ਦੇ ਵਿੱਚ ਇੱਕ ASI ਦਾ ਮੁੱਦਾ ਲਿਆ ਰਹੇ ਆ, ਪਰ ਮੈਂ ਇੱਕ ਬੇਸਿਕਲੀ ਇੱਕ ਜਨਰਲ ਇਸ਼ੂ ਦੀ ਗੱਲ ਕਰਦਾ, ਔਰ ਉਹਦੇ 'ਤੇ ਮੈਂ ਇਹ ਵੀ ਲਿਖਿਆ ਸੀ ਉਸ ਐਪਲੀਕੇਸ਼ਨ 'ਤੇ, ਜਿਹੜੇ ਬਾਕੀ ਜਿਹੜੇ ਸੋਸ਼ਲ ਮੀਡੀਆ ਦੇ ਅਕਾਊਂਟਸ ਹੈਗੇ ਜੇ ਇਹ ਇਦੋਂ ਦਾ ਪ੍ਰੋਪੋਗੰਡਾ ਕਰਦੇ ਆ ਉਹਨਾਂ ਦੇ ਖਿਲਾਫ ਜਿਹੜਾ ਆ ਸਾਈਬਰ ਕ੍ਰਾਈਮ ਜਿਹੜਾ ਕਾਰਵਾਈ ਕਰੇ, ਪਰ ਅੱਜ ਤੱਕ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ। ਸੋ ਮੈਨੂੰ ਇਹਦੇ ਤੋਂ ਲੱਗਦਾ ਹੈ ਕਿ ਇਹ ਆਮ ਆਦਮੀ ਪਾਰਟੀ ਜਿਹੜੀ BJP ਦੀ B ਟੀਮ ਆ, ਜਿਹੜੀ ਮੈਂ ਹਮੇਸ਼ਾ ਕਹਿੰਦਾ ਰਿਹਾ। ਸੋ ਇਸ ਕਰਕੇ ਮੈਨੂੰ ਲੱਗਦਾ ਇਹਨਾਂ ਨੂੰ ਉਹਦੇ 'ਤੇ ਸਟ੍ਰਿਕਟਲੀ ਐਕਸ਼ਨ ਲੈਣਾ ਚਾਹੀਦਾ, ਔਰ ਜਦੋਂ ਵੀ ਕੋਈ ਕਿਸਾਨਾਂ ਦੀ ਗੱਲ ਕਰਦਾ, ਜਦੋਂ ਵੀ ਕੋਈ ਸਿੱਖਿਜ਼ਮ ਦੀ ਗੱਲ ਕਰਦਾ, ਇਹ ਉਹਦੇ ਆਲੇ ਦੁਆਲੇ ਇੱਦਾਂ ਹੁੰਦੇ ਆ ਜਿਹੜੇ, ਕਿਉਂਕਿ ਉਹਦੇ ਵਿੱਚ ਫੇਕ ਅਕਾਊਂਟਸ ਵੀ ਹੈਗੇ ਆ, ਉਹਦੇ ਵਿੱਚ ਕਈ ਕੁਛ ਹੈਗਾ, ਇਹਦੇ ਵਿੱਚ ਜਿਹੜੀਆਂ IT ਟੀਮਸ ਇਹਨਾਂ ਦੇ ਪਾਰਟੀ ਦੀਆਂ ਬਣੀਆਂ ਹੋਈਆਂ ਉਹ ਵੀ ਕੰਮ ਕਰਦੀਆਂ, ਬਟ ਐਟ ਦਾ ਸੇਮ ਟਾਈਮ ਇਹੋ ਜਿਹਾ ਮਾਹੌਲ ਤਾਂ ਨਾ ਬਣਾਓ। ਔਰ ਇਹਨਾਂ ਦਾ ਬਿੱਗਰ ਪਾਰਟ ਜਿਹੜਾ ਉਹ ਕੰਗਨਾ ਰਣੌਤ ਹੈਗੀ ਆ, ਜਿਹੜੇ ਕਿ ਮੈਨੂੰ ਨਹੀਂ ਲੱਗਦਾ ਕਿਤੇ ਵੀ ਸੋਚ ਸਮਝ ਕੇ ਉਹ ਬੋਲਦੇ ਹੋਣ, ਔਰ ਇਹੋ ਜਿਹੇ ਬੰਦੇ ਦਾ ਤਾਂ ਇਹੋ ਜਿਹੇ ਸ਼ਖਸ ਦਾ ਤਾਂ ਵੈਸੇ ਬਾਈਕਾਟ ਕਰਨਾ ਚਾਹੀਦਾ, ਤਾਂ ਕਿ ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਕਿਉਂਕਿ ਸਿੱਖ ਜਿਹੜਾ ਐਜ਼ ਅ ਸੱਚ ਰਿਲੀਜਨ ਆ, ਉਹ ਪਹਿਲਾਂ ਦੂਸਰੇ ਬੰਦਿਆਂ ਦੀ, ਦੂਸਰੇ ਧਰਮਾਂ ਦੀ ਇੱਜ਼ਤ ਕਰਨਾ ਸਿਖਾਉਂਦਾ। ਅੱਛਾ, ਤੁਹਾਨੂੰ ਲੱਗਦਾ ਤੁਹਾਡੀ ਗੱਲ ਦਾ ਅਸਰ ਹੋਵੇਗਾ ਇੱਥੇ ਵਿਧਾਨ ਸਭਾ ਵਿੱਚ, ਜਾਂ ਕੁਝ ਉਹਨਾਂ ਦਿਖਾਇਆ ਉਹਨਾਂ ਦੇ ਸਪੀਕਰ ਸਾਹਿਬ ਦੇ ਜਾਂ ਬਾਕੀ ਜਿਹੜੇ ਮੈਂਬਰ ਨੇ ਕਿ ਕੁਝ ਪ੍ਰਗਟ ਸਿੰਘ ਨੇ ਜਿਹੜੀ ਗੱਲ ਕਹੀ ਆ ਸਹੀ ਹੈ, ਇਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ? ਦੇਖੋ ਹੁਣ, ਦੇਖੋ ਅਲਟੀਮੇਟਲੀ ਇਹ ਸਰਕਾਰ ਦੇ ਕੁਝੋਂ ਬਹੁਤੀ ਉਮੀਦ ਤਾਂ ਹੈ ਨਹੀਂ ਗੀ, ਰਿਐਲਿਟੀ ਇਹ ਆ, ਕਿਉਂਕਿ ਮੈਂ ਤਾਂ ਨਹੀਂ ਸਮਝਦਾ, ਕਿਉਂਕਿ ਜੇ ਇੱਕ ਸਰਕਾਰ ਇੱਕ ਵਿਧਾਨ ਸਭਾ ਦੇ ਵਿੱਚ ਇੱਕ ASI ਨੂੰ ਲੈ ਕੇ ਡਿਸਕਸ਼ਨ ਕਰਦੀ ਆ, ਤਾਂ ਮੈਨੂੰ ਲੱਗਦਾ ਪੋਲੀਟੀਕਲ ਸਿਸਟਮ ਦੀ ਇਦੋਂ ਨਿਘਾਰ ਵਾਲੀ ਗੱਲ ਹੋਰ ਕੋਈ ਹੋ ਨਹੀਂ ਸਕਦੀ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਐਲਾਨ ਅੰਦਰੋਂ ਕੀਤਾ ਕਿ ਜਿਹੜਾ ਪਿੰਡ ਆ ਸਰਬਸੰਮਤੀ ਕਰ ਲਏ, ਸਰਬਸੰਮਤੀ ਦੇ ਸਰਪੰਚ ਬਣਾ ਲਏ, ਖੇਡ ਸਟੇਡੀਅਮ ਬਣਾ ਲਾਂਗੇ, ਨਾਲੇ 5 ਲੱਖ ਰੁਪਇਆ ਵੀ ਦੇ ਦਾਂਗੇ। ਮੈਂ ਕਹਿੰਦਾ ਦੇ ਦੇਣ, ਚੰਗੀ ਗੱਲ ਆ, ਚੰਗੀ ਗੱਲ ਆ, ਮਾੜੀ ਗੱਲ ਨਹੀਂ ਹੈ, ਪਰ ਪ੍ਰੈਕਟੀਕਲ ਲੈਵਲ 'ਤੇ ਤਾਂ ਉਤਰਿਓਣ, ਕਿਉਂਕਿ ਇਹ ਉਹੀ ਭਗਵੰਤ ਸਿੰਘ ਮਾਨ ਹੈਗੇ ਆ ਜਿਨ੍ਹਾਂ ਨੇ 12,500 ਪੰਚਾਇਤਾਂ ਜਿਹੜੀਆਂ ਡਿਸਮਿਸ ਕਰਤੀਆਂ ਸੀ, ਉਹ ਬਾਅਦ 'ਚ ਹਾਈਕੋਰਟ ਜਾ ਕੇ ਬਹਾਲ ਹੋਈਆਂ। ਮੈਨੂੰ ਲੱਗਦਾ ਪੰਚਾਇਤੀ ਚੋਣਾਂ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ? ਦੇਖੋ, ਇਹਨਾਂ ਕੋਲ ਬੇਸਿਕਲੀ ਕੋਈ ਸੋਲਿਡ ਰੀਜ਼ਨ ਨਹੀਂ ਹੈਗਾ, ਅਸਲੀ ਗੱਲ ਹੈ। ਹੁਣ ਵੀ ਇਹ ਜਿਹੜਾ ਬਿੱਲ ਲਿਆਂਦਾ, ਇਹਦਾ ਫੇਸ ਕੁਛ ਹੋਰ ਆ, ਬੈਕਗਰਾਊਂਡ 'ਤੇ ਅਸਲੀ ਗੱਲ ਹੈ, ਇਹ ਸੋਚਦੇ ਆ ਵੀ ਪਿਛਲੇ 2.5 ਸਾਲਾਂ 'ਚ ਅਸੀਂ ਪਿੰਡਾਂ ਨੂੰ ਕੁਛ ਨਹੀਂ ਦੇ ਸਕੇ, ਅਤੇ ਇਸ ਕਰਕੇ ਲੋਕ ਸਾਨੂੰ ਨਕਾਰ ਦੇਣਗੇ, ਅਤੇ ਇਹਦੇ ਨਾਲ ਇਹ ਨਹੀਂ ਪਤਾ ਲੱਗੂਗਾ ਕਿ ਕਿਹੜੀ ਪੰਚਾਇਤ ਕਿਹੜੀ ਪਾਰਟੀ ਦੀ ਬਣੀ ਹੈਗੀ ਆ। ਪਰ ਮੈਂ ਦੂਸਰੇ ਪਾਸੇ ਇਹ ਗੱਲ ਕਹਿੰਦਾ ਵੀ ਚੰਗੀ ਗੱਲ ਹੈ ਕਿ ਤਾਂ ਕਿ ਜੇ ਸਰਬਸੰਮਤੀ ਨਾਲ ਬਣਨ ਤਾਂ ਬਹੁਤ ਹੀ ਚੰਗੀ ਗੱਲ ਹੈ। ਅਜੇ ਇੱਕ ਬਿੱਲ 'ਤੇ ਤੁਹਾਨੂੰ ਭਗਵੰਤ ਮਾਨ ਕਹਿੰਦੇ ਹੁੰਦੇ ਸੀ, ਕਹਿੰਦੇ ਪ੍ਰਗਟ ਸਿੰਘ ਹੋਣੀ ਸਟਿੱਕ ਫਸਾ ਦਿੰਦੇ ਨੇ ਆਪਣੀ, ਮੈਂ ਕੋਈ ਗੱਲ ਕਰਦਾ ਤਾਂ ਨਹੀਂ। ਮੈਂ ਤਾਂ ਇਸ ਕਰਕੇ ਕਿਹਾ ਸੀ ਵੀ ਬਿੱਲ ਤਾਂ ਸੀਗਾ ਫਾਇਰ ਸੇਫਟੀ ਦਾ, ਅਤੇ ਉਹਦੇ ਵਿੱਚ ਗੱਲਾਂ ਚੱਲ ਪਈਆਂ ਇੱਕ ਹੰਸ ਦੀ ਜੋੜੀ ਦੀਆਂ, ਉਹ ਉੱਲੂ ਦੀਆਂ, ਮੈਂ ਕਿਹਾ ਵੀ ਇਹ ਕੱਲ੍ਹ ਵੀ ਸੁਣਾਈਆਂ ਇਹ ਕਹਾਣੀਆਂ ਬਹੁਤ ਸੁਣਾ ਰਹੇ ਕਰਦਾ, ਵੀ ਮੈਂ ਕਿਹਾ ਵੀ ਇਹ ਸ਼ਾਇਦ ਇਸ ਬਿੱਲ ਦਾ ਹੀ ਹਿੱਸਾ ਆ, ਵੀ ਜੇ ਬਿੱਲ ਦਾ ਹਿੱਸਾ ਫਿਰ ਤਾਂ ਕੰਟੀਨਿਊ ਕਰ ਲਓ, ਅਤੇ ਜੇ ਬਿੱਲ ਦਾ ਹਿੱਸਾ ਨਹੀਂ ਹੈ। ਲੇਕਿਨ ਸਾਡੇ ਸਪੀਕਰ ਸਾਹਿਬ ਬਹੁਤ ਅੱਜ ਕੱਲ੍ਹ ਸੁਲਝੇ ਹੋਏ ਹੈਗੇ ਆ, ਉਹ ਕਹਿੰਦੇ ਵੀ CM ਸਾਹਿਬ ਜੋ ਮਰਜ਼ੀ ਬੋਲ ਸਕਦੇ। ਮੈਂ ਕਿਹਾ ਇਹ ਕਮੇਡੀ ਨਹੀਂ ਹੈ ਯਾਰ, ਇਹ ਕਮੇਡੀ ਸ਼ੋਅ ਨਹੀਂ ਹੈ, ਇਹ ਵਿਧਾਨ ਸਭਾ ਆ, ਲੋਕਾਂ ਦਾ ਭਰੋਸਾ ਜਿੱਤੇ। ਤਾਂ ਬਿਲਕੁਲ ਅੱਜ ਹੇਟ ਸਪੀਚ ਨੂੰ ਲੈ ਕੇ ਪ੍ਰਗਟ ਸਿੰਘ ਹੋਣਾ ਨੇ ਵਿਧਾਨ ਸਭਾ ਦੇ ਵਿੱਚ
ਮੁੱਦਾ ਚੁੱਕਿਆ ਹੈ ਕਿ ਸਿੱਖਾਂ ਦੇ ਖਿਲਾਫ ਜਿਹੜੀ ਭੜਕਾਊ ਬਿਆਨਬਾਜ਼ੀ ਭੜਕਾਊ ਭਾਸ਼ਣ ਜਿਹੜੇ ਦਿੱਤੇ ਜਾਂਦੇ ਨੇ ਉਹਨਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਆ। ਫਿਲਹਾਲ ਇਹਦੋ ਇਜਾਜ਼ਤ, ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਅੰਤਰਪ੍ਰੀਤ ਸਿੰਘ ਖਹਿਰਾ, ਮੈਂ ਪੰਜਾਬੀ ਟੀਵੀ ਚੰਡੀਗੜ੍ਹ।